ਪਾਪਾ ਪਾਪਾ ਦਿਵਾਲੀ ਸਿਰ ਤੇ ਆਈ ਖੜੀ ਆ ਤੇ ਸਿਰ ਤੋਂ ਲਾ ਕੇ ਇੱਕ ਪਾਸੇ ਰੱਖ ਦੋ ਤੁਸੀਂ ਇੰਨਾ ਸਿਰ ਤੇ ਪਾਲ ਰੱਖੇ ਕਿਉਂ ਹੋਇਆ ਨਹੀਂ ਮਾਸੀ ਦੇ ਭੂਆ ਨੂੰ ਗਿਫਟ ਨਹੀਂ ਦੇ ਕੇ ਆਣੇ ਦਿਵਾਲੀ ਤੇ ਓਏ ਤੂੰ ਮੇਤੋਂ ਨਾਸਾ ਨਾ ਬਣਾ ਲਈ ਹੈ ਇਹ ਜਿਹੜਾ ਦਿਵਾਲੀ ਤੇ ਗਿਫਟ ਗੁਫਟ ਦੇਣ ਦਾ ਲੈਣ ਦਾ ਸਿਲਸਿਲਾ ਨਾ ਇਹ ਤਾਂ ਇੱਕ ਕਿਸਮ ਦਾ ਰਿਸ਼ਵਤ ਹੈ ਅੱਜ ਕੱਲ੍ਹ ਰਿਸ਼ਤਿਆਂ ਦੇ ਵਿੱਚ ਆ ਦੇਣ ਲੈਣ ਜਿਹੜਾ ਖਤਮ ਹੋਣਾ ਚਾਹੀਦਾ ਨਾਲੇ ਉੱਤੋਂ ਲੋਕਾਂ ਦਾ ਇਸ ਟਾਈਮ ਇੰਨਾ ਹੱਥ ਤੰਗ ਹੈ ਇਹ ਤਾਂ ਕਚੂਮਰ ਤੋਂ ਹੀ ਨਿਕਲਿਆ ਪਿਆ ਤੇ ਤੁਹਾਨੂੰ ਦਿਵਾਲੀ ਦੇ ਗਿਫਟ ਸੁੱਝਦੇ ਆ ਚੁੱਪ ਕਰਕੇ ਬੈਠੇ ਰਹੋ ਆਰਾਮ ਨਾਲ ਫਿਰ ਪੁੱਜੇ ਨਾ ਹੁਣ ਤਾਂ ਦਿਵਾਲੀ ਸਿਰ ਤੇ ਖੜੀ ਆ ਗਿਫਟ ਦੇਣੇ ਆ ਹਾਂਜੀ ਮੈਂ ਕਰਨੇ ਪੁੱਤਰਾ ਕਰੇ ਹੀ ਕਰਨੇ ਪੁੱਤ ਦਾ ਉਹ ਬਾਹਰ ਨਾ ਇੱਕ ਜਵਾਕ ਜਿਹਾ ਆਇਆ ਨਕਲੀ ਚਿੱਟੀ ਦਾੜੀ ਲਾਈ ਹੋਈ ਆ ਮਰ ਜਾਣਾ ਕਹਿੰਦਾ ਆ ਮੇਰੇ ਕਰਮੇ ਪੁੱਤ ਦਾ ਘਰ ਇਹੀ ਆ ਓਹੋ ਕਰਮੇ ਪੁੱਤ ਦਾ ਕੀ ਆ ਹਾਂ ਮੈਨੂੰ ਲੱਗਦਾ ਉਹ ਸਾਡਾ ਛੇਵਾਂ ਫੁੱਫੜ ਹੈ ਫੁੱਫੜ ਹਾਂ ਉਹ ਬੀਬੋ ਭੂਆ ਨਹੀਂ ਹੈ ਉਹਨੇ ਨਾ ਛੇਵਾਂ ਵਿਆਹ ਕਰਾ ਲਿਆ ਫਿਰ ਉਹ ਕਹਿੰਦੇ ਛੋਟਾ ਜਿਹਾ ਹੀ ਆ ਉਹ ਕਹਿੰਦੇ ਉਹੀ ਨਾ ਹੋਵੇ ਹਾਂ ਨਿੱਕਾ ਜਿਹਾ ਕਰ ਹਾਂ 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 ਉਹ ਸਾਡਾ ਫੁੱਫੜ ਹੈ ਇਹ ਫੁੱਫੜ ਹਾਂ ਬੋਲੇ ਓਏ ਆਹੀ ਤਾਂ ਸਾਡਾ ਫੁੱਫੜ ਹੈ ਹੈ ਗਰੇ ਰਾਜੂ ਗ੍ਰੇਟ ਖਲੀ ਹੈ ਨਲੀ ਓਏ ਨਲੀ ਨਹੀਂ ਬੇਵਕੂਫੋ ਖਲੀ ਉਹ ਵਾਹ ਫੁੱਫੜਾ ਉਹ ਓਡਾ ਤੂੰ ਆਪ ਨਹੀਂ ਜਿੱਡਾ ਵੱਡਾ ਤੂੰ ਗਿਫਟ ਚੱਕੀ ਫਿਰਦਾ ਮੈਂ ਸੋਚਿਆ ਮੈਂ ਆਪਣੇ ਕਰਮੇ ਪੁੱਤ ਨੂੰ ਦਿਵਾਲੀ ਦੇ ਆਵਾਂ ਆ ਤਾਂ ਫੁੱਫੜਾ ਤੂੰ ਬਹੁਤ ਵਧੀਆ ਕੀਤਾ ਲਿਆ ਸਾਡਾ ਫੁੱਫੜ ਫੁੱਫੜ ਕਿਵੇਂ ਆ ਸਿੱਧੀ ਜੀ ਗੱਲ ਹੈ ਪਹਿਲਾਂ ਸਾਡੀ ਬੀਬੋ ਭੂਆ ਨੇ ਕੀਤਾ ਘੋਲੂ ਟੈਂਪੂ ਵਾਲਾ ਉਹ ਤੁਰ ਗਿਆ ਫਿਰ ਇੱਥੋਂ ਧੂਰਕੋਟ ਵਾਲਾ ਕੀਤਾ ਨਿਆੜਾ ਉਹ ਗਿਆ ਹੈ ਫਿਰ ਕੈਲਪੁਰੀਆ ਜਿਹੜਾ ਲਾਭ ਸਿਉਂ ਕੀਤਾ ਉਹ ਗਿਆ ਫਿਰ ਨਿਆੜੇ ਵਾਲਾ ਦਲੀਪਾ ਕੀਤਾ ਉਹ ਤੁਰ ਗਿਆ ਫਿਰ ਉਹ ਰਘਵੀਰ ਸਿਉਂ ਕੀਤਾ ਉਹ ਤੁਰ ਗਿਆ ਫਿਰ ਜਾ ਕੇ ਕਿਤੇ ਸਾਡੇ ਇਸ ਫੁੱਫੜ ਦਾ ਨੰਬਰ ਲੁੱਟਿਆ ਉਹ ਫੁੱਫੜਾ ਮੈਂ ਮਿਲ ਜਾਂਦਾ ਤੇਰੀ ਭੂਆ ਨੂੰ ਤੋੜ ਕੇ ਚੱਲਦਾ ਅੱਛਾ ਫੁੱਫੜ ਦਾ ਤੂੰ ਹੈ ਮੇਰਾ ਹੈ ਬੜਾ ਤਾਂ ਮੈਨੂੰ ਦੇਖ ਕੇ ਕਿਤੇ ਹੋਰ ਹੀ ਰਿਸ਼ਤਿਆਂ ਦਾ ਨਾ ਘੱਚ ਮਜ਼ਾ ਜਿਹਾ ਕਰਕੇ ਨਾ ਧਰਦੀ ਉਹ ਤੂੰ ਦੇਖਦੀ ਕੀ ਆ ਹੈ ਫੁੱਫੜ ਜੀ ਵਾਸਤੇ ਚਾਹ ਪਾਣੀ ਲੈ ਕੇ ਆ ਜਾ ਕੇ ਚੱਲ ਬਈ ਆਹ ਤਾਂ ਤੂੰ ਨਾ ਫੁੱਫੜਾ ਦਿਵਾਲੀ ਦਾ ਗਿਫਟ ਦੇ ਕੇ ਸਾਨੂੰ ਮੇਲਾ ਹੀ ਲੁੱਟ ਲਿਆ ਮੈਂ ਤਾਂ ਆਪ ਇਹਨਾਂ ਨੂੰ ਜਵਾਕਾਂ ਨੂੰ ਸਮਝਾਉਂਦਾ ਹਟਿਆ ਸੀ ਵੀ ਭਾਈ ਇਹ ਦਿਵਾਲੀ ਨੂੰ ਤੁਸੀਂ ਨਿਰਾਪੁਰਾ ਨਾ ਰਿਸ਼ਵਤ ਵਾਲਾ ਤਿਉਹਾਰ ਨਾ ਬਣਾਓ ਇਹਦੇ ਨਾਲ ਮਿਲਵਰਤਨ ਬਹੁਤ ਵੱਧਦਾ ਹੈ ਆਹ ਬੰਦਾ ਦੇਣ ਲੈਣ ਦਾ ਥੋੜ੍ਹੀ ਭੁੱਖਾ ਹੁੰਦਾ ਚਲੋ ਇਸ ਬਹਾਨੇ ਮੇਲ ਮਿਲਾਪ ਹੋ ਜਾਂਦਾ ਹੋਰ ਤਾਂ ਕੁਛ ਨਹੀਂ ਹੈ ਉਹ ਤੁਸੀਂ ਐਂ ਕਰੋ ਭਾਈ ਇਹਨੂੰ ਫੁੱਫੜ ਨੂੰ ਲਿਜਾਓ ਪਰ ਕਮਰੇ 'ਚ ਉੱਥੇ ਬਿਠਾਓ ਇਹਨੂੰ ਨਹਾ ਧੋ ਕੇ ਇਹ ਥੋੜ੍ਹਾ ਜਿਹਾ ਫਰੈਸ਼ ਹੋਵੇ ਇੰਨੇ ਲੰਬੇ ਸਫ਼ਰ ਤੋਂ ਆਇਆ ਹੈ ਚਲ ਚੱਕੋ ਸਮਾਨ ਪੁੱਤ ਮੈਂ ਨਹਾ ਧੋ ਕੇ ਘੰਟਾ ਘਰ ਦੇ ਗਾਣਾ ਚੌੜੇ ਬਿਆਰ ਅੱਛਾ ਗੱਲ ਸੁਣ ਖੁਸ਼ੂ ਐਂ ਕਰੀ ਫੁੱਫੜ ਨੂੰ ਲੈ ਜਾਈ ਇਹਨੇ ਚੌੜੇ ਬਿਆਰ ਕੋ ਖਰੀਦਦਾਰੀ ਕਰਨੀ ਹੋਣੀ ਹੈ ਧਿਆਨ ਰੱਖੀ ਉਂਗਲੀ ਫੜ ਕੇ ਰੱਖੀ ਫੁੱਫੜ ਦੀ ਹੈ ਕਿਤੇ ਹੋਰ ਨਾ ਕੋਈ ਦੈੜ ਦੌੜ ਨਾ ਜਾਵੇ ਇਹਨਾਂ ਨੂੰ ਚਲੋ ਤਾਂ ਕੋਈ ਨਾ ਫੁੱਫੜਾ ਲੈ ਜੂਗਾ ਮੁੰਡਾ ਉੱਥੇ ਘੰਟਾ ਘਰ ਚੌੜੇ ਬਿਆਰ ਹਾਂ ਚਲ ਸ਼ਾਬਾਸ਼ ਚਲ ਮੈਨੂੰ ਨਿੱਕੀ ਹੁੰਦੀ ਨੂੰ ਪਾਲਿਆ ਇਹ ਤੇ ਤੂੰ ਵੀ ਇਹਨੂੰ ਮਾਂ ਬਣ ਕੇ ਦਿਖਾਤਾ ਕੋਈ ਦਿਨ ਤਿਆਰ ਤੇ ਤੂੰ ਭੁੱਲਦੀ ਨਹੀਂ ਹੈ ਪੁੱਤ ਤੈਨੂੰ ਪਤਾ ਵਾ ਪਹਿਲਾਂ ਵੀ ਇਹ ਮੇਰੀ ਕੁੜੀ ਆਪਣੀ ਠੀਕ ਆ ਨਾ ਇਹਦਾ ਕੋਈ ਤਿਉਹਾਰ ਮੈਂ ਕਦੇ ਨੀ ਭੁੱਲਦੀ ਹਾਂ ਬਿਲਕੁਲ ਸਹੀ ਗੱਲ ਹੈ ਉਹ ਤੂੰ ਏਦਾਂ ਕਰ ਹੈ ਬੱਬੂ ਆਂਟੀ ਕਿੱਡੀ ਦੂਰੋਂ ਆਈ ਹੈ ਹੁਸ਼ਿਆਰਪੁਰ ਤੋਂ ਪਰੇ ਪਿੰਡ ਤੋਂ ਆਈ ਹੈ ਵਿਚਾਰੀ ਥੱਕੀ ਟੁੱਟੀ ਹੋਣੀ ਹੈ ਨਾਲ ਦੇ ਕਮਰੇ ਚ ਲਾ ਕੇ ਨਹਾ ਧੋ ਕੇ ਫਰੈਸ਼ ਹੋਵੇ ਤੇ ਚਾਹ ਪਾਣੀ ਰੋਟੀ ਦਾ ਤੂੰ ਪ੍ਰਬੰਧ ਕਰ ਆਰਾਮ ਕਰ ਠੀਕ ਆਂਟੀ ਜੀ ਆਰਾਮ ਕਰੋ ਫਿਰ ਠੀਕ ਆ
ਕੀ ਗੱਲ ਘਰ ਚ ਸੁਨਸਾਨ ਹੋਈ ਪਈ ਆ ਨਾ ਫੁੱਫੜ ਦੀ ਦਾ ਨਾ ਬੱਬੂ ਆਂਟੀ ਦੀ ਦੀ ਹੈ ਉਹ ਫੁੱਫੜ ਜੀ ਤਾਂ ਗਏ ਨੇ ਖੁਸ਼ੂ ਦੇ ਨਾਲ ਚੌੜੇ ਬਾਜ਼ਾਰ ਹਾਂ ਕਹਿੰਦੇ ਸ਼ਾਪਿੰਗ ਕਰਨੀ ਸੀ ਅੱਛਾ ਅੱਛਾ ਤੇ ਬੱਬੂ ਆਂਟੀ ਇੱਥੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਆ ਉਹਨਾਂ ਦੀ ਕੋਈ ਮਰਗ ਹੋ ਗਈ ਸੀ ਕਹਿੰਦੇ ਸੀ ਮੈਂ ਅਫਸੋਸ ਕਰਿਆ ਮੈਂ ਉਹ ਸਨਮ ਨੂੰ ਨਾਲ ਲੈ ਗਏ ਉਹਨਾਂ ਨੇ ਤਾਂ ਅੱਜ ਸ਼ਾਮ ਤੱਕ ਆਉਣਾ ਨਹੀਂ ਹੈਗਾ ਤੇ ਤੁਸੀਂ ਆਹ ਕਰੋਸਿਨ ਲੈ ਲਓ ਕਰੋਸਿਨ ਲੈ ਲਾ ਉਹ ਮੈਨੂੰ ਕਿਹੜਾ ਬੁਖਾਰ ਹੋਇਆ ਹੈ ਮੈਂ ਕਿਉਂ ਕਰੋਸਿਨ ਲਵਾਂ ਤੇ ਕੁਝ ਹੀ ਦੱਸ ਲੈ ਤੁਸੀਂ ਮੇਰਾ ਡਿਸਪ੍ਰਿਨ ਲੈ ਲਓ ਡਿਸਪ੍ਰਿਨ ਲੈ ਲਓ ਉਹ ਮੈਂ ਕਿਉਂ ਡਿਸਪ੍ਰਿਨ ਲਵਾਂ ਮੈਨੂੰ ਕਿਹੜਾ ਕੋ ਹੋਇਆ ਦੱਸ ਕਰੋਸਿਨ ਲੈ ਤੇ ਆ ਫਿਰ ਜੈਲੋਸਿਨ ਲੈ ਲਓ ਜੈਲੋਸਿਨ ਲੈ ਲਓ ਹੈ ਕਦੇ ਕਰੋਸਿਨ ਕਦੇ ਡਿਸਪ੍ਰਿਨ ਤੇ ਜੈਲੋਸਿਨ ਤੇਰੇ ਦਿਮਾਗ 'ਚ ਤਾਂ ਨਹੀਂ ਫਰਕ ਪੈ ਗਿਆ ਲੱਗਦਾ ਮੈਂ ਚੰਗਾ ਭਲਾ ਹੱਟਾ ਘੱਟਾ ਦੱਸ ਮੈਨੂੰ ਕੀ ਹੋਇਆ ਕਿਉਂ ਦਵਾਈ ਲਵਾਂ ਮੈਂ ਮਤਲਬ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਦੱਸ ਹੈ ਹੱਦ ਹੀ ਹੋ ਗਈ ਲੈ ਚੰਗੇ ਭਲੇ ਨੂੰ ਜਿਵੇਂ ਬਿਮਾਰੀ ਭਾਲ ਦਿੰਦੀ ਹੈ ਇਹ ਦੱਸ ਚਲੋ ਫਿਰ ਅੱਛਾ ਲੋ ਤੇ ਸਫਾਈਆਂ ਕਰੋ ਓਏ ਪਰ ਸਫਾਈਆਂ ਦਾ ਜਿਹੜਾ ਕੰਮ ਹੁੰਦਾ ਇਹ ਤਾਂ ਜਨਾਨੀਆਂ ਦਾ ਹੁੰਦਾ ਬੰਦੇ ਕਿਉਂ ਕਰਨ ਕਿਉਂ ਸਾਰਾ ਸਾਲ ਜਿਹੜੀ ਸਫਾਈ ਆ ਇਹ ਜਨਾਨੀਆਂ ਹੀ ਕਰਦੀਆਂ ਨੇ ਆ ਇੱਕ ਦਿਨ ਤਾਂ ਡਿੱਕੇ ਆਉਂਦੇ ਆ ਦੀਵਾਲੀ ਵਾਲੇ ਦਿਨ ਚਲੋ ਚੱਕੋ ਝਾੜੂ ਸਫਾਈ ਕਰੋ ਚਲੋ ਲੱਗਦਾ ਪਰ ਦੀਵਾਲੀ ਦੀ ਸਫਾਈ ਤਾਂ ਮੈਨੂੰ ਹੀ ਕਰਨੀ ਪੈਣੀ ਆ ਚਲੋ ਲੈ ਭੈਣ ਜੀ ਤੁਸੀਂ ਲੋਕਾਂ ਦੀ ਕਿਉਂ ਪਰਵਾਹ ਕਰਦੇ ਆ ਕਿ ਲੋਕ ਕੀ ਕਹਿਣਗੇ ਲੋਕਾਂ ਦਾ ਤਾਂ ਕੰਮ ਹੀ ਇਹ ਹੁੰਦਾ ਆ ਉਹ ਸਿਆਣੇ ਨਹੀਂ ਕਹਿੰਦੇ ਹੈ ਵੀ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਆ ਦੁਨੀਆਂ 'ਤੇ ਤਾਂ ਦੋਨੇ ਪਾਸੇ ਦੰਦੇ ਹੁੰਦੇ ਆ ਹੋਰ ਕੀ ਮੈਂ ਤਾਂ ਕਹਿੰਦੀ ਹਾਂ ਵੀ ਇਹ ਦੀਵਾਲੀ ਦੇ ਸਫਾਈਆਂ ਦੇ ਨਾਲ ਨਾਲ ਇਹੋ ਜਿਹੇ ਲੋਕਾਂ ਨੂੰ ਆਪਣੇ ਦਿਮਾਗ ਦੀ ਸਫਾਈ ਵੀ ਕਰਨੀ ਚਾਹੀਦੀ ਹੈ ਅਤੇ ਉਹਦੇ ਵਿੱਚੋਂ ਆਹ ਵੈਰ ਈਰਖਾ ਅਤੇ ਸਾਰਾ ਬਾਹਰ ਕੱਢਣਾ ਚਾਹੀਦਾ ਆ ਚਲੋ ਚੰਗਾ ਭੈਣ ਜੀ ਫਿਰ ਮੈਂ ਵੀ ਦੇਖਾਂ ਵੀ ਸਾਡੀਆਂ ਸਫਾਈਆਂ ਕਿੱਥੇ ਤੱਕ ਪਹੁੰਚੀਆਂ ਜਿੱਦਾਂ ਇਹ ਟੀਚਕ ਟੀਚਕ ਸਫਾਈ ਕਰਨ ਲੱਗੇ ਹੋਏ ਆ ਏਦਾਂ ਤਾਂ ਅਗਲੀ ਦੀਵਾਲੀ ਤੱਕ ਵੀ ਸਫਾਈ ਨਹੀਂ ਹੋਣੀ ਹੈਗੀ ਹੁਣ ਪੈਸੇਂਜਰ ਟ੍ਰੇਨ ਨੂੰ ਬੁਲੇਟ ਟ੍ਰੇਨ ਬਣਾਉਣਾ ਪੈਣਾ ਕੁਛ ਸੋਚਣਾ ਪੈਣਾ ਹਾਂ ਇਹਨਾਂ ਦੀ ਸਵੀਟੀ ਨੇ ਕਦੋਂ ਕੰਮ ਆਉਣਾ ਆ ਸੁਣਿਓ ਜੀ ਹਾਂ ਕੀ ਆ ਤੁਹਾਨੂੰ ਕਿੰਨਾ ਕੁ ਟਾਈਮ ਲੱਗਣਾ ਆ ਸਫਾਈ ਕਰਨ ਵਾਸਤੇ ਕਿ ਤੂੰ ਕੀ ਕਰਾਉਣਾ ਹੁਣ ਹੋਰ ਉਹ ਸਵੀਟੀ ਦਾ ਫੋਨ ਆਇਆ ਸੀ ਉਹ ਕਹਿੰਦੀ ਆ ਵੀ ਰਾਤ ਨੂੰ ਡਿਨਰ ਇਕੱਠੇ ਕਰਦੇ ਆ ਪਰ ਮੈਨੂੰ ਤਾਂ ਐਂ ਲੱਗਦਾ ਵੀ ਤੁਹਾਨੂੰ ਸਫਾਈ ਨੂੰ ਬਹੁਤ ਟਾਈਮ ਲੱਗ ਜਾਣਾ ਆ ਨਹੀਂ ਨਹੀਂ ਕੈਨਸਲ ਕਰ ਦਿਓ ਉਹ ਨਹੀਂ ਨਹੀਂ ਮੈਂ ਕੱਲ ਦੱਸਿਆ ਉਹ 15-20 ਮਿੰਟ ਦਾ ਸਾਰਾ ਕੰਮ ਹੈ ਉਹ ਬੁਲਾ ਲੈ ਚਲ ਕੋਈ ਗੱਲ ਨਹੀਂ ਹੁਣ ਆਏ ਕਿਹਾ ਚੰਗਾ ਨਹੀਂ ਲੱਗਦਾ ਜਵਾਬ ਦਿੰਦੇ ਵੀ ਹੈਨਾ ਹਾਂ ਚਲ ਹਾਂ ਤੂੰ ਤਿਆਰੀ ਕਰ ਤੂੰ ਡਿਨਰ ਦੀ ਤੁਸੀਂ ਤਿਆਰ ਹੋ ਕੇ ਆ ਵੀ ਗਏ ਹਾਂ ਸਾਰਾ ਕੰਮ ਨਿਪਟਾ ਕੇ ਆਇਆ ਦੇਖ ਉਧਰ ਕਮਰਾ ਪੂਰਾ ਨਾ ਡੋਲੂ ਵਾਂਗੂ ਲਿਸ਼ਕਾਇਆ ਪਿਆ ਹੈ ਤੁਸੀਂ ਕਿਹਨੂੰ ਲੱਭਦੇ ਆ ਉਹ ਤੂੰ ਕਹਿੰਦੀ ਸੀ ਸਵੀਟੀ ਨਹੀਂ ਆਉਣਾ ਹੈ ਉਹ ਆਈ ਨਹੀਂ ਹੈ ਤੱਕ ਉਹ ਸਵੀਟੀ ਦਾ ਫੋਨ ਆ ਗਿਆ ਉਹ ਕਹਿੰਦੀ ਮੇਰੇ ਕੋਲ ਆ ਨਹੀਂ ਹੋਣਾ ਹੈਗਾ ਆ ਨਹੀਂ ਹੋਣਾ ਉਹਨੂੰ ਕਿਤੇ ਜਾਣਾ ਪੈ ਗਿਆ
ਇਹਨੂੰ ਹੀ ਤਾਂ ਕਹਿੰਦੇ ਆ ਮਾੜੀ ਕਿਸਮਤ। ਕਹਿੰਦੇ ਆ ਜੇ ਕਿਸਮਤ ਮਾੜੀ ਹੋਵੇ ਨਾ ਤਾਂ ਨੱਕ 'ਚ ਪਾਈ ਹੋਈ ਉਂਗਲੀ ਵੀ ਖਾਲੀ ਆ ਜਾਂਦੀ ਹੈ। ਹੈ ਆਵਾਜ਼ਾਂ ਕਾਹਦੀਆਂ ਆਉਂਦੀਆਂ ਨੇ? ਹੈ ਲੱਗਦਾ ਕੋਈ ਦੀਵਾਲੀ ਦੇ ਪਟਾਕੇ ਵਜਾ ਰਿਹਾ ਕੋਈ। ਮੈਨੂੰ ਤਾਂ ਤੁਹਾਡੇ ਫੁੱਫੜ ਦੀ ਆਵਾਜ਼ ਆਉਂਦੀ ਆ, ਐ ਲੱਗਦਾ ਜਿਵੇਂ ਤੁਹਾਡੇ ਫੁੱਫੜ ਦੇ ਪਟਾਕੇ ਪੈਂਦੇ ਹੁੰਦੇ ਆ। ਫੁੱਫੜ ਦੇ ਪਟਾਕੇ? ਓਏ ਓ ਆਂਟੀ ਆਂਟੀ ਗੱਲ ਕੀ, ਓ ਆਂਟੀ ਆਂਟੀ ਉਹ ਕੀ ਗੱਲ ਹੋਗਾ? ਓ ਓਏ ਕੱਟੇ ਇੱਕ ਮਿੰਟ ਆਂਟੀ, ਓ ਕਿਉਂ ਤੂੰ ਸਾਡੇ ਫੁੱਫੜ ਨੂੰ ਕੁੱਟਣ ਲੱਗੀ ਆ? ਜੋ ਇਸ ਮਰ ਜਾਣੇ ਨੇ ਮੇਰੇ ਨਾਲ ਕੀਤਾ ਪ੍ਰਾਹਣੇ ਆ, ਉਹ ਮੈਂ ਤੁਹਾਨੂੰ ਦੱਸੂਗੀ ਨਾ ਅਗਲੀ ਫਿਲਮ 'ਚ। ਅੱਛਾ ਅਗਲੀ ਫਿਲਮ 'ਚ ਫੁੱਫੜ ਦਾ ਹੋਊ ਫੁੱਲ ਕਟਾਪਾ। ਸਾਡੇ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਦੀਵਾਲੀ ਬਹੁਤ 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 ਮੁਬਾਰਕ। ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਦੀਵਾਲੀ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਤੰਦਰੁਸਤੀ, ਖੁਸ਼ੀਆਂ, ਖੇੜੇ, ਖੁਸ਼ਹਾਲੀ ਲੈ ਕੇ ਆਵੇ ਤੇ ਨਾਲ ਹੀ ਘਰ ਦੀ ਸਫਾਈ ਦੇ ਨਾਲ ਨਾਲ ਸਾਨੂੰ ਆਪਣੇ ਦਿਮਾਗ ਦੀ ਸਫਾਈ ਵੀ ਕਰਨੀ ਬਹੁਤ ਜ਼ਰੂਰੀ ਹੈ। ਅਤੇ ਅਸੀਂ ਆਪਣੇ ਵੱਲੋਂ ਦਿਮਾਗ ਦੇ ਵਿੱਚੋਂ ਗੰਦਗੀ, ਸ਼ੱਕ, ਈਰਖਾ ਨੂੰ ਕੱਟ ਕੇ ਦੂਰ ਕਰਕੇ ਦਿਮਾਗ ਨੂੰ ਸਾਫ਼ ਕਰੀਏ ਅਤੇ ਦੀਵਾਲੀ ਦੀਆਂ ਸਵੀਟਸ ਦੇ ਨਾਲ ਨਾਲ ਅਸੀਂ ਆਪਣੀ ਬੋਲੀ ਦੇ ਵਿੱਚ ਵੀ ਸਵੀਟਨੈਸ ਜ਼ਰੂਰ ਲਿਆਈਏ। ਇੱਕ ਵਾਰ ਫਿਰ ਤੋਂ ਆਪ ਸਭ ਨੂੰ ਸਾਡੇ ਵੱਲੋਂ ਦੀਵਾਲੀ ਬਹੁਤ ਬਹੁਤ